दोस्तों नानक नगरी गली नंबर 7 दे विच चोरां ने धावा बोलिया ते घर दे विचों 1000 रुपए की नकदी है जिहड़ी ओह पार करके लै गए हैं। लगातार जिहड़ी है इस तरह की घटनावां हो रही हैं शहर दे विच, हालांकि पुलिस वल्लों सख्ती वरती जा रही है, जगह जगह नाके लाए जा रहे हैं, लेकिन गली नंबर 7 दे विच कल रात की जिहड़ी घटना है चोरां वल्लों जिहड़ा वो 1000 रुपए की नकदी पार कर लीती गई है एक घर विचों। तो चोरों ने जिहड़ी है वह टूटियां तक भी नहीं छड्डी, जिहड़ी बाहर टूटियां लगियां सी वह भी पट के लै गए। तो फलश तक दियां जिहड़ियां असीं तुहानूं दिखा रहे हैं, फलश तक की जिहड़ी टूटियां भी नहीं छड्डी। लगता है किसी नशेड़ियां का ही काम है, क्योंकि इस तरह की जिहड़ी हरकतां है वह नशेड़ी ही कर सकते हैं। आ देख सकते हो तुसीं बाथरूम तक दी भी है जिहड़ियां ਉਹ ਟੂਟੀਆਂ ਨਹੀਂ ਛੱਡੀਆਂ ਗਈਆਂ। ਕੀ ਤੁਹਾਡਾ ਸਰ? ਮੇਰਾ ਨਾਮ ਪ੍ਰਿੰਸ ਸੁਲੋਤਰਾ ਜੀ। ਤੇ ਕਿੱਥੇ ਰਹਿੰਦੇ ਹੋ ਜੀ ਤੁਸੀਂ? ਗਲੀ ਨੰਬਰ 7 ਨਾਨਕ ਨਗਰੀ। ਕੀ ਗੱਲ ਕੀ ਹੋਈ ਹੈ ਜੀ? ਗੱਲ ਅਸੀਂ ਸਵੇਰ ਅੱਜ ਚਾਚਾ ਜੀ ਦੇ ਬੇਟੇ ਦੀ ਮੈਰਿਜ ਸੀਗੀ। ਅੱਛਾ ਜੀ। ਤੇ 3-4 ਦਿਨ ਤੋਂ ਅਸੀਂ ਲਗਾਤਾਰ ਉੱਥੇ ਜਾ ਰਹੇ, ਰਾਤ ਨੂੰ ਲੇਟ ਆ ਰਹੇ ਹਾਂ, ਪਰ ਅੱਜ ਸਵੇਰ ਉਧਰ ਕੁਦਰਤੀ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ। 9:30 ਵਜੇ ਘਰੋਂ ਗਏ ਆ ਦੁਬਾਰਾ। ਅੱਛਾ। ਉਦੋਂ ਸਾਰਾ ਕੁਝ ਸੈੱਟ ਕਰਕੇ ਗਏ ਆ, ਸਾਫ਼ ਸਫਾਈ ਕਰਕੇ। ਅੱਛਾ। ਤੇ ਹੁਣ ਅਸੀਂ ਆਉਣਾ ਤਾਂ ਰਾਤ ਨੂੰ ਹੀ ਸੀ ਘਰੇ, ਉਹ ਕੁਦਰਤੀ ਬਾਰਿਸ਼ ਆ ਗਈ ਤੇ ਕਰਦੇ ਆਏ ਚੈੱਕ ਕਰਨ ਵਾਸਤੇ। ਅੱਛਾ। ਕਿ ਕੋਈ ਸਮਾਨ ਸੁਣ ਬਾਹਰ ਭਿੱਜਦਾ ਨਾ ਹੋਵੇ, ਤੇ ਆ ਕੇ ਦੇਖਿਆ ਤੇ ਉਹਨਾਂ ਨੇ ਦੇਖਿਆ ਆ ਹੋਇਆ ਪਿਆ ਇੱਥੇ 60-65 ਹਜ਼ਾਰ ਰੁਪਇਆ, ਇੱਥੇ ਆਹ ਕਾਗਜ਼ਾਂ ਦੇ ਨਾਲ ਪਿਆ ਸੀਗਾ ਸਾਰੇ, ਆ ਬਿੱਲ ਬੁੱਲ ਮੈਂ ਸੁਬਹ ਭੁੱਲ ਗਿਆ ਤੋਂ ਕੱਢੇ ਸੀ, ਨਾਲ ਸਮਾਨ ਪਿਆ ਸੀ ਸਾਰਾ, ਇਹਦੇ ਵਿੱਚ ਹੀ ਪੈਸੇ ਪਏ ਸੀਗੇ, ਤੇ ਇਹਦੇ ਚੋਂ ਬੁੱਲ ਪਿੱਛੇ 3-4 ਹਜ਼ਾਰ ਰੁਪਇਆ ਹੈਗਾ ਸੀ ਜਿਹੜਾ ਬੱਚੇ ਦਾ ਇਕੱਠਾ ਕੀਤਾ ਉਹ ਗਿਆ। ਉਸ ਤੋਂ ਇਲਾਵਾ ਬਾਹਰੋਂ ਟੂਟੀਆਂ ਵਗੈਰਾ ਪੱਟ ਕੇ ਲੈ ਗਏ, ਬਾਥਰੂਮ ਦੀਆਂ ਟੋਇਲਟ ਦੀਆਂ ਸਾਰੀਆਂ ਟੂਟੀਆਂ ਪੱਟ ਕੇ ਲੈ ਗਏ। ਸਰ ਕੀ ਕਹਿਣਾ ਚਾਹੋਗੇ? ਮਤਲਬ ਸ਼ਹਿਰ 'ਚ ਚੋਰੀ ਦੀ ਘਟਨਾ ਹੋ ਰਹੀ ਹੈ, ਇੱਕ ਤਰਫ ਪੁਲਿਸ ਵੱਲੋਂ ਸਖਤੀ ਨਹੀਂ ਆ ਜੀ ਹੋ ਹੀ ਰਹੀ ਹੈ, ਪਰ ਹੁਣ ਐਵੇਂ ਨਹੀਂ ਪਤਾ ਸੀਗਾ ਵੀ ਐਵੇਂ ਦਿਨੇ ਵੀ ਹੋ ਜਾਂਦੀ ਹੈ, ਇੱਕਦਮ ਤੋਂ ਦਿਨ ਦਿਹਾੜੇ ਵੀ ਹੋ ਜਾਂਦੀ ਹੈ ਦਿਹਾੜੇ। ਉਹ ਵੀ ਪੁਲਿਸ ਨੂੰ ਸੂਚਨਾ ਦਿੱਤੀ ਗਈ? ਸਭ ਤੋਂ ਜ਼ਿਆਦਾ ਮੇਨ ਗਲਦੀ ਚਲੀ ਚਲਦੀ ਗਲੀ ਹੈ, ਚਲਦੀ ਗਲੀ ਹੈ, ਚਲਦੀ ਗਲੀ ਹੈ। ਤੇ ਕੀ ਮਤਲਬ ਕਿ ਪੁਲਿਸ ਨੂੰ ਸੂਚਨਾ ਦਿੱਤੀ ਕੋਈ? ਸੂਚਨਾ ਦਿੱਤੀ ਹੈ ਜੀ ਪੁਲਿਸ ਨੂੰ, ਬਾਕੀ FIR ਕੋ ਪੁਲਿਸ ਆਈ ਸੀ? ਪੁਲਿਸ ਆਈ ਸੀ, ਦੋ ਮੁਲਾਜ਼ਮ ਆਏ ਸੀ ਚੈੱਕ ਕਰਕੇ ਗਏ ਹੁਣੇ।